ਪੰਡਿਤ ਜੀਓਬਾਲਾ ਤੋਂ ਸ਼ਰਧਾਲੂਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੇ ਟਰੱਕ ਦੇ 11 ਕੇਵੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਜਾਣ ਕਾਰਨ ਟਰੱਕ ਵਿੱਚ ਬੈਠੇ 9 ਸ਼ਰਧਾਲੂ ਬੁਰੀ ਤਰ੍ਹਾਂ ਝੁਲਸ ਗਏ ਨੇ, ਜਿਨ੍ਹਾਂ ਨੂੰ ਇਲਾਜ ਲਈ ਤਰਨ ਤਾਰਨ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ। ਲੇਕਿਨ 3 ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਧਰ ਸਰਕਾਰੀ ਹਸਪਤਾਲ ਵਿਖੇ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਟਾਫ ਤੇ ਮਰੀਜ਼ਾਂ ਦੇ ਇਲਾਜ ਵਿੱਚ ਕੁਤਾਹੀ ਵਰਤਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਉਹਨਾਂ ਦੇ ਮਰੀਜ਼ਾਂ ਦਾ ਸਹੀ ਤਰ੍ਹਾਂ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਡਿਊਟੀ ਤੇ ਤਾਇਨਾਤ ਡਾਕਟਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਖੁਦ ਸਾਰੀ ਰਾਤ ਮਰੀਜ਼ਾਂ ਦੀ ਦੇਖਭਾਲ ਕਰਦੇ ਨੇ। ਉੱਧਰ ਪੀੜਤ ਲੋਕਾਂ ਨੇ ਉਕਤ ਹਾਦਸੇ ਲਈ ਪੰਜਾਬ ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਬਾਰ ਬਾਰ ਤਾਰਾਂ ਨੀਵੀਆਂ ਹੋਣ ਦੀ ਸੂਚਨਾ ਦੇਣ ਦੇ ਬਾਵਜੂਦ ਵਿਭਾਗ ਵੱਲੋਂ ਤਾਰਾਂ ਨੂੰ ਉੱਚਾ ਚੁੱਕਣ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਬਾਬੇ ਬੁੱਢੇ ਜਾ ਰਹੇ ਸੀਗੇ ਅਤੇ ਗੱਡੀ ਨੂੰ ਤਾਰਾਂ ਜੁੜ ਗਈਆਂ ਸੀਗੀਆਂ। ਇਹ ਮੇਰੇ ਦੋ ਬੇਟੇ ਇੱਦਾਂ ਹੀ ਲੈ ਕੇ ਬੈਠੀ ਹੋਈ ਇਹਨਾਂ ਨੂੰ ਮੈਂ, ਅਤੇ ਉਹ ਕਹਿੰਦੇ ਕਿ ਅੱਜ ਅਸੀਂ 12 ਵਜੇ ਤੋਂ ਪਹਿਲਾਂ ਨਹੀਂ ਆ ਸਕਦੇ ਹੈਗੇ, ਡਾਕਟਰ ਨੂੰ ਛੁੱਟੀ ਹੈਗੀ ਆ। ਕੋਈ ਜ਼ਖਮ ਅਤੇ ਮਲਮ ਲਾਉਣ ਨੂੰ ਨਹੀਂ, ਕੋਈ ਇੰਜੈਕਸ਼ਨ ਨਹੀਂ, ਕੋਈ ਕੁਛ ਨਹੀਂ ਹੈਗਾ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਧਿਆਨ ਕੇ ਵੇਖਣ। ਇਹ ਸਾਡੇ ਪਿੰਡ ਤੋਂ ਵੀਰ ਜੀ ਸੰਗਤ ਲੈ ਕੇ ਜਾ ਰਹੇ ਸੀ, ਇਹਦਾ ਕਰਕੇ ਨਾ ਇਹ ਚਾਰ ਉਹਨਾਂ ਅੱਗੇ ਹਾਦਸਾ ਹੋ ਚੁੱਕਾ ਉੱਥੇ, ਅਤੇ 5ਵੀਂ ਵਾਰ ਆਏ ਹੁਣ ਹੋਇਆ ਤਾਰਾਂ ਦੇ ਨਾਲ ਲੱਗਣਾ, ਕਰੰਟ ਹੋ ਗਿਆ। ਅਸੀਂ ਪਿੰਡ ਵਾਲਿਆਂ ਨੇ ਸਾਰੇ ਜਿੰਨੇ ਵੀ ਘਰ ਦੇ ਜੀ ਅਜੰਤ ਸਭ ਚੁੱਕ ਕੇ ਇੱਥੇ ਲੈ ਆਏ ਹਾਂ। 4 ਬੰਦੇ ਸਾਡੇ ਡਰਾਈਵਰ ਬਾਬਿਆਂ ਵਾਲੇ ਹਸਪਤਾਲ ਕਰ ਦਿੱਤੇ ਗਏ, ਉੱਥੇ ਪੂਰੀ ਫੁੱਲ ਟ੍ਰੀਟਮੈਂਟ ਚੱਲਣ ਡਈ ਆ। ਇਹਨਾਂ ਇੱਥੇ ਕੋਈ ਸਾਡੀ ਕਾਰਵਾਈ ਨਹੀਂ ਕੀਤੀ, ਕੋਈ ਬੱਚਿਆਂ ਨੂੰ ਦੇਖਿਆ ਨਹੀਂ ਆ, ਇੰਜੈਕਸ਼ਨ ਤੱਕ ਨਹੀਂ ਲਗਾਇਆ। ਫਿਰ ਅਸੀਂ ਉੱਥੇ ਮੈਡੀਕਲ ਜਿੱਥੇ ਗਏ ਹਾਂ ਸਰਜੀਕਲ 'ਚ, ਉੱਥੇ ਉਹਨਾਂ ਸਾਨੂੰ ਇਹ ਜਵਾਬ ਦਿੱਤਾ ਵੀ ਇੱਥੇ ਇੱਕ ਹੀ ਡਾਕਟਰ ਹੈ ਹਸਪਤਾਲ ਦੇ ਵਿੱਚ, ਅਤੇ ਨਾ ਸਾਡੇ ਕੋਈ ਟਿਊਬ ਆ, ਨਾ ਕੁਝ ਨਹੀਂ ਹੈਗਾ। ਇਹ ਡਿਊਟੀ ਜਿਹੜੀ ਹੈ ਨਾਈਟ ਸੀ ਸੀ ਨਾਈਟ ਸੀ ਅਤੇ ਈਵਨਿੰਗ 'ਚ ਡਾਕਟਰ ਰਜਿੰਦਰ ਕੁਮਾਰ ਆਏ ਸੀਗੇ, ਅਤੇ ਉਹਨਾਂ ਨੇ ਪੇਸ਼ੈਂਟ ਨੂੰ ਦੇਖਿਆ, ਜਿਹੜੇ ਪੇਸ਼ੈਂਟ ਆਏ ਸੀਗੇ ਅਤੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਫਾਈਲ ਦੇ ਨੋਟਸ ਪਾ ਕੇ ਉਹਨਾਂ ਨੇ ਐਡਵਾਈਸ ਸਰਜੀਕਲ ਓਪੀਨ ਲਗੀ। ਇਹ ਜਿਹੜਾ ਪੇਸ਼ੈਂਟ ਜਿਹੜੇ ਬਣਦੇ ਆਏ ਆ ਇਹ ਸਰਜਨ ਦਾ ਕੰਮ ਹੈਗਾ, ਸਰਜੀਕਲ ਕੰਮ ਹੈਗਾ। ਜਿੰਨਾ ਕੁ ਉਹਨੇ ਕੀਤਾ ਉਹਨੇ ਬਾਅਦ 'ਚ ਪੇਸ਼ੈਂਟ ਐਡਮਿਟ ਕਰਤੇ ਵਾਰਡ 'ਚ ਅਤੇ ਫਾਈਲ ਦੇ ਨੋਟਸ ਹੀ ਪਏ ਜੀ। ਭਿੱਖੀਵਿੰਡ ਤੋਂ ਜਾਟ ਟੀਵੀ ਨਿਊਜ਼ ਦੇ ਲਈ ਭੁਪਿੰਦਰ ਸਿੰਘ ਦੀ ਰਿਪੋਰਟ।